ਆ ਉਹਨਾਂ ਹਜ਼ਾਰਾਂ ਵਿੱਚੋਂ ਇੱਕ ਦੀ ਗੱਲ ਕਹਿਣ ਲੱਗਾ ਜਿਹਨੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ, ਜਿਹਨੇ ਇੱਕ ਦੇ ਉੱਤੇ ਟੇਕ ਰੱਖੀ। ਅਸੀਂ ਤਾਂ ਸੱਪਾਂ ਦੀ ਪੂਜਾ ਕਰੀ ਜਾਂਦੇ ਹਾਂ, ਮੱਝਾਂ ਦੀ ਪੂਜਾ ਕਰੀ ਜਾਂਦੇ ਹਾਂ, ਗਾਈਆਂ ਦੀ ਪੂਜਾ ਕਰੀ ਜਾਂਦੇ ਹਾਂ, ਗਾਂ ਨੂੰ ਪੂਜੀ ਜਾ ਰਹੇ ਹਾਂ, ਵਾਹਿਗੁਰੂ ਕਿਰਪਾ ਕਰੇ, ਸੱਪ ਪੂਜੀ ਜਾ ਰਹੇ ਹਾਂ। ਇੱਕ ਮੈਨੂੰ ਗੱਲ ਚੇਤੇ ਆ ਗਈ, ਬਾਪੂ ਸੀਤਲ ਸਾਹਿਬ ਸੁਣਾਉਂਦੇ ਹੁੰਦੇ ਸੀ, ਕਹਿੰਦੇ ਵੀ ਸਾਡੇ ਪੰਜਾਬ ਦੀਆਂ ਬੀਬੀਆਂ ਨਾ ਆਪਣੇ ਨਿਆਣਿਆਂ ਨੂੰ ਤੇ ਭਾਵੇਂ ਸੇਮੀਆਂ ਬਣਾ ਕੇ ਦੇਣ ਖੰਡ ਵਾਲੀਆਂ, ਪਰ ਜਿਹੜੀਆਂ ਸੇਮੀਆਂ ਗੁੱਗੇ ਨੂੰ ਪਾਉਂਦੀਆਂ ਨਾ ਉਹ ਚ ਖੰਡ ਨਹੀਂ ਪਾਉਂਦੀਆਂ, ਸ਼ੱਕਰ ਪਾਉਂਦੀਆਂ, ਵੀ ਕਿਤੇ ਗੁੱਗੇ ਨੂੰ ਸ਼ੂਗਰ ਨਾ ਹੋ ਜਾਵੇ। ਕਿਤੇ ਗੁੱਗੇ ਨੂੰ ਜੇ ਸ਼ੂਗਰ ਹੋ ਗਈ ਤਾਂ ਉਹ ਵਿਚਾਰਾ ਕਿੱਥੋਂ ਦਵਾਈ ਲੈਂਦਾ ਫਿਰ? ਜਦੋਂ ਗੁੱਗਾ ਪੂਜਣ ਜਾਂਦੀਆਂ ਨਾ ਗੁੱਗੇ ਨੂੰ ਸੇਮੀਆਂ ਸ਼ੱਕਰ ਵਾਲੀਆਂ ਦਿੰਦੀਆਂ, ਕਹਿੰਦੀ ਉਹਨੂੰ ਸ਼ੂਗਰ ਨਾ ਹੋ ਜਾਵੇ। ਇੱਕ ਬੀਬੀ ਕਹਿੰਦੇ ਗੁੱਗਾ ਪੂਜਣ ਗਈ ਤੇ ਬਾਹਲੀ ਭਗਤਰੀ ਬਣ ਕੇ ਡੁੱਡ ਦੇ ਮੂਹਰੇ ਬੈਠੀ, ਅੱਖਾਂ ਮੀਟੀਆਂ, ਗੁੱਗਿਆ ਪੀਰਾ ਸਾਡੇ ਤੇ ਕਿਰਪਾ ਕਰੀ ਤੇ ਗੁੱਗਾ ਦਿਆਲ ਹੋ ਗਿਆ ਵੀ ਮਾਈ ਬਾਹਲੀ ਸ਼ਰਧਾ ਨਾਲ ਬੈਠੀ ਆ, ਚਲੋ ਦਰਸ਼ਨ ਹੀ ਦੇ ਦਿੰਦੇ ਆ। ਜਦੋਂ ਕਾਲਾ ਸ਼ਾਹ ਗੁੱਗਾ ਖੁੱਡ ਵਿੱਚੋਂ ਨਿਕਲਣ ਲੱਗਾ ਨਾ, ਮਾਈ ਦੇ ਸਾਹ ਉੱਪਰਲੇ ਉੱਪਰ ਤੇ ਥੱਲੇ ਵਾਲਾ ਥੱਲੇ, ਹੱਥ ਕਰਕੇ ਕਹਿੰਦੀ ਅੰਦਰ ਹੀ ਰਹਿ। ਹੁਣ ਗੁੱਗਾ ਕਹਿੰਦਾ ਨਹੀਂ ਬੀਬੀ, ਖੁੱਲੇ ਦਰਸ਼ਨ ਕਰ, ਹੁਣ ਤੂੰ ਐਡੇ ਰੀਝ ਨਾਲ ਬੈਠੀ ਸੀ। ਜਦੋਂ ਗੁੱਗਾ ਬਾਹਰ ਨੂੰ ਨਿਕਲਿਆ ਤੇ ਮਾਈ ਨੇ ਸੇਮੀਆਂ ਦਾ ਥਾਲ ਤੇ ਪੁੱਠਾ ਮਾਰਿਆ, ਭੱਜੀ ਫਿਰਿਆ ਸੀ ਦੀ ਸਪੀਡ ਤੇ ਮਗਰੇ ਮਗਰ ਗੁੱਗਾ ਨਾਲ ਭੌਂ ਕੇ ਵੇਖ ਲੈ ਗੁੱਗਾ ਆਉਂਦਾ ਕਿ ਨਹੀਂ ਆਉਂਦਾ, ਮੁੜ ਗਿਆ ਕਿ ਨਹੀਂ। ਤੇ ਹੁਣ ਮੂੰਹੋਂ ਸੱਪ ਬਿਨਾਂ ਨਿਕਲੇ, ਫਿਰ ਰੌਲਾ ਪਾਵੇ ਹੱਪ, ਫਿਰ ਹੱਪ ਕਹਿੰਦੀ ਫਿਰ ਸੱਪ ਬਿਨਾਂ ਆਖਿਆ ਜਾਵੇ ਉਹਦੇ ਕੋਲ, ਫਿਰ ਆਕਾ ਮਾਰ ਮਾਰ ਕੇ ਕਵੇ ਸੋਹਣ ਸਿਆ ਆਈ ਹੱਪ। ਤੇ ਸੋਹਣ ਸਿੰਘ ਨੇ ਵੀ ਕਿਤੇ ਗੁਹਾ ਠਾਉਣ ਵਾਲਾ ਫੋੜਾ, ਉਹ ਫੋੜੇ ਦੇ ਨਾਲ ਹੀ ਗੁੱਗਾ ਪੂਛ ਸੁੱਟਿਆ। ਤੇ ਜਿਹੜੀ ਬੀਬੀ ਪਹਿਲਾਂ ਧੂਪ ਧਖਾਉਂਦੀ ਸੀ ਨਾ, ਹੁਣ ਪਤਾ ਕੀ ਕਹਿੰਦੀ? ਸੋਹਣ ਸਿਆ ਦੀ ਸਿਰੀ ਚ ਮਾਰ, ਸਿਰੀ ਚ ਹਾਲੇ ਸਹਿਕਦਾ। ਆਹ ਸਾਡੇ ਹਾਲਾਤ ਨੇ ਪੰਜਾਬ ਦੇ, ਅਸੀਂ ਸੱਪਾਂ ਨੂੰ ਪੂਜਣ ਵਾਲੇ, ਅਸੀਂ ਚੂਹਿਆਂ ਨੂੰ ਪੂਜਣ ਵਾਲੇ, ਅਸੀਂ ਗਾਈਆਂ ਨੂੰ ਪੂਜਣ ਵਾਲੇ। ਸਾਡੇ ਦੇਸ਼ ਦਾ ਤਾਂ ਇਦਾਂ ਦਾ ਹਾਲ ਹੋ ਗਿਆ, ਬੰਦਾ ਮਰ ਜਾ ਕੋਡੀ ਮੁੱਲ ਨਹੀਂ ਪੈਂਦਾ, ਮਰੀ ਗਾਂ ਦੀ ਕੋ ਖੱਲ ਲਾ ਦੇ ਤੇ ਬੰਦੇ ਨੂੰ ਮਰਨ ਤੋਂ ਭੈੜਾ ਕਰ ਦਿੰਦੇ, ਮਰੀ ਗਾਂ ਦੀ ਖੱਲ ਲਾ ਦੇ ਨਾ ਉਹਦਾ ਬੁਰਾ ਹਾਲ ਕਰਕੇ ਰੱਖ ਦਿੰਦੇ। ਗਊ ਰੱਛਿਆ ਦੇ ਨਾਂ ਦੇ ਉੱਤੇ ਕਿੱਡੇ ਕਤਲ ਹੋ ਰਹੇ ਨੇ, ਗੁੰਡਾਗਰਦੀ ਹੋ ਰਹੀ, ਬਦਮਾਸ਼ੀ ਦਿਖਾਈ ਜਾ ਰਹੀ, ਸਰਕਾਰੀ ਪ੍ਰਸ਼ਾਸਨ ਦੀ ਪਿੱਠ ਥਾਪੜੀ ਜਾ ਰਹੀ। ਉਹ ਗੁਰੂ ਮਹਾਰਾਜ ਨੇ ਸਾਡੇ ਸਾਹਮਣੇ ਇਤਿਹਾਸ ਬਣਾਏ ਆ ਕਿ ਕਿਵੇਂ ਗਊ ਗਰੀਬ ਦੀ ਰੱਖਿਆ ਕਰਨੀ ਆ, ਕਿਹੜੀ ਗਊ ਦੀ ਰੱਖਿਆ ਕਰਨੀ ਆ, ਆ ਕਿਹੜਾ ਸਾਡਾ ਦੇਸ਼ ਆ, ਕਿੱਦਾਂ ਦਾ ਦੇਸ਼ ਬਣਦਾ ਜਾ ਰਿਹਾ, ਸੂਰਮਿਆਂ ਦਾ ਦੇਸ਼। ਆ ਮਹਾਬਲੀ ਯੋਧੇ ਕੱਲੇ ਕੱਲੇ ਜਿਹੜੇ ਸਵਾ ਸਵਾ ਲੱਖ ਨਾਲ ਟੱਕਰਾਂ ਲੈ ਲੈਂਦੇ ਸੀ, ਅੱਜ ਉਹ ਨਸ਼ਿਆਂ ਦੀ ਖੱਡ ਵਿੱਚ ਡਿੱਗ ਕੇ ਮਰ ਗਏ।